ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਮੈਰੀਟੋਰੀਅਸ ਐਗਜ਼ਾਮ ਦੇ ਚੁੱਕੇ ਉਹ ਸਟੂਡੈਂਟ ਜੋ ਅਜੇ ਵੀ ਆਪਣੀ ਜਿਹੜੀ ਆ ਕਾਉਂਸਲਿੰਗ ਡੇਟ ਦੀ ਵੇਟ ਕਰ ਰਹੇ ਨੇ, ਜੋ ਸਿਰਫ ਇਹ ਉਮੀਦ ਰੱਖ ਰਹੇ ਨੇ ਕਿ ਕਦੋਂ ਸਾਡੀ ਕਾਉਂਸਲਿੰਗ ਆਊਗੀ ਤੇ ਕਦੋਂ ਅਸੀਂ ਆਪਣੀ ਐਡਮਿਸ਼ਨ ਕਰਵਾ ਕੇ ਅਸੀਂ ਵੀ ਮੈਰੀਟੋਰੀਅਸ ਦੇ ਵਿੱਚ ਚਲੇ ਜਾਵਾਂਗੇ। ਕੀ ਵੇਟਿੰਗ ਲਿਸਟ ਵਾਕਈ ਹੀ ਕੋਈ ਜ਼ਰੂਰ ਆਊਗੀ? ਜੇ ਆ ਰਹੀ ਹੈ ਤਾਂ ਫਿਰ ਉਹ ਕਦੋਂ ਆ ਰਹੀ ਹੈ? ਕਿਹੜੇ ਕਿਹੜੇ ਸਟੂਡੈਂਟ ਐਲੀਜੀਬਲ ਹੋਣਗੇ ਜਿਹੜੇ ਵੇਟਿੰਗ ਲਿਸਟ ਦੇ ਵਿੱਚ ਆ ਸਕਦੇ ਨੇ? ਇਹ ਸਾਰੀ ਗੱਲਾਂ ਦੀ ਡਿਸਕਸ਼ਨ ਆਪਾਂ ਅੱਜ ਦੀ ਹੀ ਇਸ ਵੀਡੀਓ ਵਿੱਚ ਕਰਾਂਗੇ। ਤੇ ਹੁਣ ਤੁਸੀਂ ਸਾਡੇ ਚੈਨਲ ਨੂੰ ਕੀ ਕਰਨਾ? ਸਾਰਿਆਂ ਨੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਣਾ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਫਸਟ ਆਫ ਆਲ ਸਟੂਡੈਂਟ, ਮੈਂ ਤੁਹਾਨੂੰ ਦੱਸ ਦਿੰਦਾ ਕਿ ਦੇਖੋ ਜਿਹੜੀ ਵੇਟਿੰਗ ਲਿਸਟ ਹੈ ਉਹ ਮੈਂ ਗਰੁੱਪ ਦੇ ਵਿੱਚ ਜਿਹੜੇ ਕੋਈ ਮੈਸੇਜ ਕਰਦੇ ਨੇ ਜਾਂ ਕੋਈ ਪਰਸਨਲ ਤੌਰ ਤੇ ਮੈਨੂੰ ਮੈਸੇਜ ਕਰਦੇ ਨੇ, ਮੈਂ ਹਮੇਸ਼ਾ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੀ ਤੁਹਾਡੀ ਵੇਟਿੰਗ ਲਿਸਟ ਹੈ ਉਹ 15 ਅਗਸਤ ਤੋਂ ਬਾਅਦ ਹੀ ਆਏਗੀ। ਤਾਰੀਖ ਪਰ ਤਾਰੀਖ, ਤਾਰੀਖ ਪਰ ਤਾਰੀਖ, ਤਾਰੀਖ ਪਰ ਤਾਰੀਖ, ਤਾਰੀਖ ਪਰ ਤਾਰੀਖ ਮਿਲਦੀ ਰਹੀ ਹੈ, ਲੇਕਿਨ ਇਨਸਾਫ ਨਹੀਂ ਮਿਲਾ। ਮਿਲਾਟ ਇਨਸਾਫ ਨਹੀਂ ਮਿਲਾ, ਮਿਲੀ ਹੈ ਤਾਂ ਸਿਰਫ ਇਹ ਤਾਰੀਖ, ਕਿਉਂਕਿ ਹੁਣ ਤੱਕ ਜਿਹੜੀ ਮੈਰੀਟੋਰੀਅਸ ਸੋਸਾਇਟੀ ਆ ਉਹ ਸਿਰਫ ਇਸ ਗੱਲ ਦੀ ਵੇਟ ਕਰ ਰਹੀ ਸੀ ਕਿ ਕਿੰਨੇ ਸਟੂਡੈਂਟ ਜਿਹੜੇ ਨੇ ਉੱਥੋਂ ਛੱਡ ਕੇ ਆ ਰਹੇ ਨੇ, ਉਹ ਕਿੰਨੀਆਂ ਸੀਟਾਂ ਜਿਹੜੀਆਂ ਹੋਰ ਉੱਥੇ ਖਾਲੀ ਹੋ ਜਾਣਗੀਆਂ, ਉਸ ਰਿਲੇਟਡ ਉਹ ਇੱਕੋ ਵਾਰੀ ਜਿਹੜੀ ਫਾਈਨਲ ਲਿਸਟ ਆ ਉਹ ਤਿਆਰ ਕਰਕੇ ਤੁਹਾਡੇ ਤੱਕ ਭੇਜਣਗੇ। ਵੈਸੇ ਤਾਂ ਸਟੂਡੈਂਟ ਦੇਖੋ ਵੀ ਇਸ ਵੀਕ ਦੇ ਐਂਡ ਦੇ ਵਿੱਚ ਯਾਨੀ 20 ਅਗਸਤ ਤੱਕ ਜਿਹੜੀ ਆ ਵੇਟਿੰਗ ਲਿਸਟ ਜਿਹੜੀ ਆ ਉਹ ਆ ਜਾਣੀ ਚਾਹੀਦੀ ਹੈ, ਪਰ ਜਿਹੜੀ ਤੁਹਾਡੀ ਕਾਉਂਸਲਿੰਗ ਹੋਊਗੀ ਉਹ ਜਿੱਥੋਂ ਤੱਕ ਮੈਨੂੰ ਲੱਗਦਾ ਉਹ ਸ਼ਾਇਦ ਇਸ ਤੋਂ ਵੀ ਨੈਕਸਟ ਵੀਕ ਯਾਨੀ 21 ਤੋਂ 27 ਤੱਕ ਜਿਹੜਾ ਤੁਹਾਡਾ ਵੀਕ ਬਣੂਗਾ ਉਹਦੇ ਵਿੱਚ ਕੋਈ ਡੇਟ ਜਿਹੜੀ ਆ ਤੁਹਾਡੀ ਕਾਉਂਸਲਿੰਗ ਦੀ ਆ ਸਕਦੀ ਹੈ। ਦੇਖੋ ਸਟੂਡੈਂਟ ਜਿਹੜੇ ਤਾਂ ਦੇਖੋ ਵੇਟਿੰਗ ਲਿਸਟ ਦੀ ਹੁਣ ਵੇਟ ਕਰ ਰਹੇ ਨੇ ਉਹਨਾਂ ਨੂੰ ਤਕਰੀਬਨ ਜਿਹੜਾ ਹੈਗਾ ਉਹ 27 ਤਰੀਕ ਤੱਕ ਤਾਂ ਵੇਟ ਕਰਨੀ ਪਊਗੀ, ਕਿਉਂਕਿ ਜੇ 20 ਅਗਸਤ ਤੱਕ ਆਪਣੇ ਕੋਲ ਵੇਟਿੰਗ ਲਿਸਟ ਵੀ ਆ ਜਾਂਦੀ ਹੈ ਤਾਂ ਉਸ ਤੋਂ ਨੈਕਸਟ ਵੀਕ ਹੀ ਜਿਹੜਾ ਤੁਹਾਡਾ ਫਿਰ ਕਾਉਂਸਲਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਚੱਲੇਗਾ। ਫਿਰ ਜਿਹੜੀ ਫਾਰਮੈਲਿਟੀ ਤੁਹਾਨੂੰ ਪਤਾ ਹੀ ਹੈ ਕਿ ਐਡਮਿਸ਼ਨ ਦੀ ਫਾਰਮ ਜਿਹੜਾ ਉਹ ਸਾਰਾ ਕੁਝ ਭਰ ਕੇ ਤੁਸੀਂ ਫਿਰ ਉੱਥੇ ਆਪਣੀ ਜਿਹੜੀ ਐਡਮਿਸ਼ਨ ਕਰਵਾਓਗੇ। ਪਰ ਸਟੂਡੈਂਟ ਮੈਂ ਤੁਹਾਨੂੰ ਇੱਥੇ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ, ਦੇਖੋ ਜਿਹੜੇ ਮੈਰੀਟੋਰੀਅਸ ਤੋਂ ਸਟੂਡੈਂਟ ਵਾਪਸ ਆ ਰਹੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਸਟੂਡੈਂਟ ਨੇ ਇੱਕੋ ਗੱਲ ਕਹੀ ਹੈ ਕਿ ਸਾਡਾ ਉੱਥੇ ਦਿਲ ਨਹੀਂ ਲੱਗਦਾ, ਸਾਨੂੰ ਉੱਥੇ ਦਾ ਜਿਹੜਾ ਖਾਣ ਪੀਣਾ ਪਸੰਦ ਨਹੀਂ ਆਇਆ, ਸਾਨੂੰ ਉੱਥੇ ਦਾ ਡਿਸਿਪਲਿਨ ਪਸੰਦ ਨਹੀਂ ਆਇਆ, ਉੱਥੇ ਦਾ ਡਿਸਿਪਲਿਨ ਬਹੁਤ ਜ਼ਿਆਦਾ, ਅਸੀਂ ਆਪਣੇ ਘਰਦਿਆਂ ਤੋਂ ਬਗੈਰ ਨਹੀਂ ਰਹਿ ਸਕਦੇ, ਅਸੀਂ ਆਪਣੇ ਫਰੈਂਡ ਸਰਕਲ ਨੂੰ ਨਹੀਂ ਛੱਡ ਸਕਦੇ। ਬਹੁਤ ਸਾਰੇ ਐਸੇ ਸਰਕਮਫਰੈਂਸ ਜਿਹੜੇ ਹੋ ਗਏ ਜਿਨ੍ਹਾਂ ਦੇ ਕਰਕੇ ਉਹ ਸਟੂਡੈਂਟ ਉੱਥੋਂ ਛੱਡ ਕੇ ਵਾਪਸ ਆ ਚੁੱਕੇ ਨੇ। ਸੋ ਇਸ ਕਰਕੇ ਦੇਖੋ ਜਿਹੜੇ ਸਟੂਡੈਂਟ ਵੇਟ ਕਰ ਰਹੇ ਨੇ ਉਹ ਸਿਰਫ ਪਹਿਲਾਂ ਆਪਣੇ ਮਨ ਨੂੰ ਪੱਕਾ ਕਰ ਲੈਣ ਕਿ ਅਸੀਂ ਮੈਰੀਟੋਰੀਅਸ ਦੇ ਵਿੱਚ ਜਾਣਾ ਹੀ ਜਾਣਾ, ਚਾਹੇ ਬੇਸ਼ੱਕ ਉੱਥੇ ਦਾ ਰੋਟੀ ਪਾਣੀ ਸਾਨੂੰ ਵਧੀਆ ਨਾ ਲੱਗੇ, ਚਾਹੇ ਉੱਥੇ ਦਾ ਡਿਸਿਪਲਿਨ ਸਾਨੂੰ ਪਸੰਦ ਨਾ ਆਵੇ, ਚਾਹੇ ਉੱਥੋਂ ਦੇ ਵਾਰਡਨ ਦੀ ਬੋਲਬਾਣੀ ਸਾਨੂੰ ਪਸੰਦ ਨਾ ਆਵੇ, ਤੇ ਤੁਸੀਂ ਆਪਣੇ ਘਰਦਿਆਂ ਤੋਂ ਦੂਰ ਰਹਿ ਸਕਦੇ ਹੋ ਜਾਂ ਨਹੀਂ ਰਹਿ ਸਕਦੇ, ਤੁਸੀਂ ਆਪਣੇ ਫਰੈਂਡ ਸਰਕਲ ਨੂੰ ਛੱਡ ਸਕਦੇ ਹੋ, ਜਾਂ ਮੋਸਟਲੀ ਮੈਂ ਕਹਿੰਦਾ ਹੁੰਦਾ ਜਿਨ੍ਹਾਂ ਦੇ ਵਿੱਚ ਇੰਸਟਾ ਦਾ ਕੀੜਾ ਉਹ ਆਪਣਾ ਛੱਡ ਸਕਦਾ ਕਿ ਨਹੀਂ ਛੱਡ ਸਕਦਾ। ਇਹ ਸਾਰੀਆਂ ਗੱਲਾਂ ਜੋ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਇਹਨਾਂ ਦੇ ਉੱਤੇ ਪਹਿਲਾਂ ਗੌਰ ਕਰ ਲਓ, ਬਜਾਏ ਇਸ ਦੇ ਜਿਵੇਂ ਕੋਈ ਜਿਹੜੇ ਸਟੂਡੈਂਟ ਪਹਿਲਾਂ ਚਲੇ ਗਏ ਉੱਥੇ ਤੇ ਉਹ ਉੱਥੋਂ ਆਪਣਾ ਖਰਚਾ ਕਰਕੇ ਜਿਨ੍ਹਾਂ ਦਾ 10,000-15,000 ਜਿਹੜਾ ਖਰਚਾ ਤਕਰੀਬਨ ਹੋ ਚੁੱਕਿਆ ਉਹ ਆਪਣਾ ਖਰਚਾ ਕਰਕੇ ਉੱਥੋਂ ਫਿਰ ਵਾਪਸ ਜਿਹੜੇ ਛੱਡ ਕੇ ਆ ਗਏ ਤੇ ਤੁਹਾਡਾ ਖਰਚਾ ਨਾ ਹੋਵੇ, ਤੇ ਇਸ ਲਈ ਤੁਸੀਂ ਪਹਿਲਾਂ ਹੀ ਆਪਣੇ ਮਨ ਨੂੰ ਪੱਕਾ ਕਰਕੇ ਜਾਣਾ ਕਿ ਜੇ ਅਸੀਂ ਕਾਉਂਸਲਿੰਗ ਦੇ ਵਿੱਚ ਚੱਲੇ ਹਾਂ ਸਾਡਾ ਨੰਬਰ ਆ ਗਿਆ ਤਾਂ ਫਿਰ ਅਸੀਂ ਉੱਥੇ ਰਹਿ ਕੇ ਹੀ ਆਉਣਾ, ਅਸੀਂ ਉੱਥੇ 2 ਸਾਲ ਆਪਣੀ ਸਟੱਡੀ ਕੰਪਲੀਟ ਕਰਕੇ ਹੀ ਆਵਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿ ਕਿਹੜੇ ਸਕੂਲ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ, ਕਿਹੜਾ ਸਕੂਲ ਇਸ ਟਾਈਮ ਬੈਸਟ ਚੱਲ ਰਿਹਾ, ਮੈਂ ਉਹਦੇ ਉੱਪਰ ਇੱਕ ਵੀਡੀਓ ਬਣਾਵਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਫਿਰ ਮੈਂ ਇੱਕ ਵੀਡੀਓ ਉਸ ਉੱਪਰ ਬਣਾਊਂਗਾ ਕਿ ਜਿਹੜੇ ਅੱਜ ਕੱਲ੍ਹ ਦੇ ਸਟੂਡੈਂਟ ਦੇ ਜੋ ਮੈਨੂੰ ਕਮੈਂਟਸ ਆ ਰਹੇ ਨੇ ਉਹਨਾਂ ਦੇ ਅਕੋਰਡਿੰਗ ਕਿਹੜਾ ਸਕੂਲ ਇਸ ਟਾਈਮ ਮੈਰੀਟੋਰੀਅਸ ਦਾ ਬੈਸਟ ਚੱਲ ਰਿਹਾ, ਫਿਰ ਮੈਂ ਉਸ ਉੱਪਰ ਇੱਕ ਵੀਡੀਓ ਬਣਾ ਦਾਂਗਾ ਤੁਹਾਡੇ ਲਈ। ਇਹ ਤੁਸੀਂ ਮੈਨੂੰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ। ਸੋ ਇਸ ਕਰਕੇ ਜਿਹੜੇ ਸਟੂਡੈਂਟ ਵੇਟਿੰਗ ਲਿਸਟ ਦੀ ਵੇਟ ਕਰ ਰਹੇ ਸੀ, ਦੇਖੋ ਇਹ ਗੱਲ ਪੱਕੀ ਹੈ, ਕਨਫਰਮ ਹੈ ਕਿ ਵੇਟਿੰਗ ਲਿਸਟ ਆ ਇੱਕ ਵਾਰ ਜ਼ਰੂਰ ਆਊਗੀ। ਕੀ ਬਾਤ ਹੈ ਸਰ, ਕੀ ਬਾਤ ਹੈ ਸਰ, ਕਿਆ ਬਾਤ, ਇਹ ਬਾਤ ਹੈ। ਔਰ ਕਿੱਥੋਂ ਤੱਕ ਆਊਗੀ, ਕਿਹੜੇ ਐਲੀਜੀਬਲ ਹੈ, ਹੁਣ ਆਪਾਂ ਉਹਦੇ ਉੱਪਰ ਡਿਸਕਸ ਕਰਦੇ ਹਾਂ। ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਗਰਲਸ ਨੇ ਉਹਨਾਂ ਦੀਆਂ 204 ਜਾਂ 205 ਜਿਹੜੀਆਂ ਸੀਟਾਂ ਖਾਲੀ ਪਈਆਂ, ਐਂਡ ਬੋਇਜ਼ ਦੀਆਂ ਤਕਰੀਬਨ 90 ਸੀਟਾਂ ਖਾਲੀ ਪਈਆਂ ਸੀ। ਗਰਲਸ ਦੇ ਵਿੱਚੋਂ ਸਪੋਜ਼ ਕਰੋ ਵੀ 300 ਗਰਲਸ ਜਿਹੜੀਆਂ ਉਹ ਟੋਟਲ ਛੱਡ ਕੇ ਆ ਜਾਂਦੀਆਂ ਤਾਂ ਸਾਡੇ ਕੋਲ ਸੀਟਾਂ ਟੋਟਲ ਜਿਹੜੀਆਂ ਇੱਥੇ 500 ਬਣ ਜਾਂਦੀਆਂ, ਐਂਡ ਬੋਇਜ਼ ਦੇ ਵਿੱਚੋਂ ਤਕਰੀਬਨ ਜੇ ਆਪਣੇ ਕੋਲ 100 ਸਟੂਡੈਂਟ ਵੀ ਉੱਥੋਂ ਛੱਡ ਕੇ ਆ ਗਿਆ ਤਾਂ ਤਕਰੀਬਨ ਇਹ 200 ਸੀਟਾਂ ਦੇ ਅਪਰੋਕਸੀਮੇਟਲੀ ਜਿਹੜੀ ਬਣ ਜਾਂਦੀਆਂ ਆਪਣੇ ਕੋਲ ਸੀਟਾਂ। ਤੇ ਲਾਸਟ ਜਿਹੜੀ ਕਾਉਂਸਲਿੰਗ ਹੈ ਗਰਲਸ ਦੀ ਉਹ 3600 ਤੱਕ ਹੋਈ ਸੀ, ਔਰ ਇਹਦੇ ਵਿੱਚ ਤੁਸੀਂ 500 ਪਲੱਸ ਕਰ ਸਕਦੇ ਹੋ। ਸੋ 4100 ਜਿਹੜਾ ਸੀਰੀਅਲ ਨੰਬਰ ਬਣਦਾ ਉੱਥੋਂ ਤੱਕ ਜਿਹੜੀ ਹੈ ਵੇਟਿੰਗ ਲਿਸਟ ਜਿਹੜੀ ਹੈ ਆ ਸਕਦੀ ਹੈ। ਇਸੇ ਤਰੀਕੇ ਨਾਲ ਜਿਹੜੇ ਬੋਇਜ਼ ਨੇ ਉਹਨਾਂ ਦੀ 2000 ਤੱਕ ਹੋਈ ਸੀ ਸੀਰੀਅਲ ਨੰਬਰ ਤੱਕ, ਇਹਦੇ 'ਚ 200 ਤੁਸੀਂ ਹੋਰ ਪਲੱਸ ਕਰ ਲਓ। ਇਹਦੇ ਵਿੱਚ ਇਸ ਤਰ੍ਹਾਂ ਹੋਏਗਾ ਕਈ ਵਾਰ 250 ਜਾਂ ਜਿਹੜੇ 100 ਸਟੂਡੈਂਟ ਐਕਸਟਰਾ ਹੀ ਬੁਲਾ ਲਏ ਜਾਂਦੇ ਨੇ। ਸੋ ਇਸ ਕਰਕੇ ਜਿਹੜੇ 2200 ਜਾਂ 2250 ਤਕਰੀਬਨ ਇੱਥੇ ਤੱਕ ਹੀ ਜਿਹੜੀ ਹੈ ਤੁਹਾਨੂੰ
लास्ट जिहड़ी है वेटिंग लिस्ट दे विच बुलाया जा सकता है। सो इस तों जिन्हां दे अगे नंबर ने उहनां दे बहुत ही घट चांस ने कि उहनां नूं वेटिंग लिस्ट दे विच बुलाया जावे। कई मैनूं स्टूडेंट पुछदे आ सर मेरा जिहड़ा हैगा उह 4800 सीरियल नंबर है गर्ल्स दा, कई कहिंदे साडा 5200 सीरियल नंबर है, इह तां बहुत ही ज़्यादा पिछे जाके सीरियल नंबर आ। सो इस करके इहनां दी उम्मीद तां बहुत घट है। सो लास्ट जिहड़ी हैगी है जिथों तक मैनूं लगदा उह 4000 तों 4100 दे विच विच जिहड़ियां सीटां जिहड़ियां हैगियां इदों तक ही जिहड़ा सीरियल नंबर तक बुलाया जा सकदा है। एंड स्टूडेंट 2250 जां हद सिर्फ 2300 तक, उह वी हद है वी जे 2300 तक तुहानूं बुला लैण, पर मेरे अकॉर्डिंग सिर्फ जो भी स्टूडेंट दे छड्डण दे उपर आ वी बॉयज किन्ने स्टूडेंट छड्ड के जा रहे ने, क्योंकि मैं अंदाजे नाल 100 लगाया, हो सकदा इत्थे 200 वी हो जाण ਤਾਂ ਤੁਹਾਡੀ ਸੀਟਾਂ ਜਿਹੜੀਆਂ ਹੈਗੀਆਂ ਆਟੋਮੈਟਿਕਲੀ ਫਿਰ ਉਹ ਇੱਥੇ 300 ਤੱਕ ਹੋ ਜਾਣਗੀਆਂ। ਯਾਨੀ ਇਹ 2000 ਤੱਕ ਹੈ ਤਾਂ ਫਿਰ ਉਹ 2300 ਤੱਕ ਸੀਰੀਅਲ ਨੰਬਰ ਜਿਹਦਾ ਹੋਊਗਾ ਉਦੋਂ ਤੱਕ ਤੁਹਾਨੂੰ ਬੁਲਾ ਲਿਆ ਜਾਊਗਾ। ਸੋ ਇਸ ਕਰਕੇ ਜਿਨ੍ਹਾਂ ਦਾ ਜਿਹੜਾ ਸੀਰੀਅਲ ਨੰਬਰ ਹੈ ਉਹ ਮਤਲਬ ਕਿ ਵੀ ਇਹਨਾਂ ਤੋਂ ਜ਼ਿਆਦਾ ਪਿੱਛੇ ਹੈ, ਉਹ ਆਪਣੀ ਸਟੱਡੀ ਵੱਲ ਪੂਰਾ ਫੋਕਸ ਰੱਖਣ, ਜਿੱਥੇ ਉਹ ਪੜ੍ਹ ਰਹੇ ਨੇ ਉੱਥੇ ਹੀ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਣ, ਪਰ ਆਪਣਾ ਧਿਆਨ ਜਿਹੜਾ ਹੈਗਾ ਸਿਰਫ ਆਪਣੀ ਸਟੱਡੀ ਵੱਲ ਰੱਖਣ, ਬਜਾਏ ਇਸਦੇ ਕਿ ਉਹ ਇਹ ਗੱਲ ਸੋਚਣ ਵੀ ਸ਼ਾਇਦ ਸਾਡਾ ਨੰਬਰ ਆ ਜਾਏ, ਸ਼ਾਇਦ ਸਾਡਾ ਨੰਬਰ ਆ ਜਾਏ, ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਆ ਸਕਦਾ। ਸੋ ਜਦੋਂ ਵੀ ਕੋਈ ਸਟੂਡੈਂਟ ਫਾਈਨਲ ਅਪਡੇਟ ਆਉਂਦੀ ਹੈ ਜਾਂ ਕੋਈ ਮੈਰੀਟੋਰੀਅਸ ਸੁਸਾਇਟੀ ਵੱਲੋਂ ਕੋਈ ਕਨਫਰਮ ਨੋਟੀਫਿਕੇਸ਼ਨ ਮੈਨੂੰ ਮਿਲਦਾ ਤਾਂ ਹੀ ਤੁਹਾਡੇ ਨਾਲ ਵੀਡੀਓ ਪਾ ਕੇ ਜ਼ਰੂਰ ਸ਼ੇਅਰ ਕਰਾਂਗੇ। ਔਰ ਜੇ ਤੁਸੀਂ ਮੈਰੀਟੋਰੀਅਸ ਸਕੂਲਾਂ ਦਾ ਇਸ ਟਾਈਮ ਦੇ ਹਾਲਾਤ ਜਾਣਨਾ ਚਾਹੁੰਦੇ ਹੋ ਕਿ ਇਸ ਟਾਈਮ ਕਿਹੜਾ ਸਕੂਲ ਕਿਸ ਤਰੀਕੇ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ, ਕਿਸ ਸਕੂਲ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋ ਚੁੱਕਿਆ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਮੈਂ ਤੁਹਾਡੇ ਉਹਦੇ ਲਈ ਇੱਕ ਪਰਟੀਕੁਲਰ ਵੀਡੀਓ ਬਣਾ ਦੂੰਗਾ ਕਿ ਬਠਿੰਡੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ, ਪਟਿਆਲੇ 'ਚ ਕਿਸ ਤਰ੍ਹਾਂ ਦਾ ਚੱਲ ਰਿਹਾ, ਜਲੰਧਰ 'ਚ ਕਿਸ ਤਰ੍ਹਾਂ ਚੱਲ ਰਿਹਾ, ਸਾਰੇ ਸਕੂਲਾਂ ਦਾ ਤੁਹਾਨੂੰ ਮਾਹੌਲ ਜਿਹੜਾ ਮੈਂ ਇੱਕ ਵਾਰੀ ਜ਼ਰੂਰ ਤੁਹਾਨੂੰ ਇੱਥੇ ਦੱਸ ਦੂੰਗਾ। ਸੋ ਜੁੜੇ ਲਓ ਜੀ ਫਿਰ ਜੈਸਟ ਸਟੂਡੈਂਟ ਦੇ ਨਾਲ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।